ਦਿਲੋਂ ਮੁਹੱਬਤ ਜਿਨ ਸੇਈ ਸੱਚਿਆ ਜਿਨ ਮਨੋ ਮੁਖ ਹੋਰ ਸੇ ਕਾਂਡੇ ਕੱਚਿਆ ਇਸ਼ਕ ਖੁਦਾਈ ਰੰਗ ਦੀਦਾਰ ਕੇ ਮਿਸਰਿਆ ਜਿਨ ਨਾਮ ਸੇ ਪੋਏ ਪਾਰਥੀ ਆਪਣੀ ਲੜ ਲਾਈ ਆਪ ਲੀਏ ਲੜ ਲਾਈ ਦਰ ਦਰਵੇਸ਼ ਸੇ ਜਿਨ ਤਨ ਜਨੇ ਦੀ ਮਾਂ ਆਏ ਸਫਲ ਸੇ ਉਹ ਧਨ ਧਨ ਨੇ ਜਨੇ ਦੀਆ ਮਾਵਾਂ ਨਾ ਦੇ ਪੁੱਤ ਨਾਮ ਜਪ ਨਾਮ
ਜਪਦੀ ਪਾਪੀ
ਬਾਕੀ ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ ਕਰਦੇ, ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ, ਬਾਕੀ ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ ਕਰਦੇ, ਬਾਕੀ ਜੀਵ ਕਰੋੜਾਂ ਕਰਦੇ, ਗਰਦਨ ਕਰਦੇ ਜੀ, ਬਾਕੀ ਜੀਵ ਕਰੋੜਾਂ ਕਰਦੇ, ਗਰਦਨ ਕਰਦੇ ਜੀ, ਬਾਕੀ ਜੀਵ ਕਰੋੜਾਂ ਕਰਦੇ, ਕਰਕੇ ਜੀ ਬਾਕੀ ਜੀਵ ਕਰੋੜਾਂ ਕਰਦੇ, ਕਰਕੇ ਜੀ ਬਾਕੀ ਜੀਵ ਕਰੋੜਾਂ ਕਰਦੇ, ਧੰਨ ਰਾਜਾ ਜਨਕ ਹੈ, ਜਿਨ ਸਿਮਰਨ ਕੀ ਯੋਗ ਵੇਗ, ਇੱਕ ਕੜੀ ਕੇ ਕਾਰਨ ਬਾਪੀ ਡਰੇ ਅਨੇਕ, ਧੰਨ ਧੰਨ ਰਾਜਾ ਜਨਕ ਹੈ, ਬਹੁਤ ਪਿਆਰ ਵਿੱਚ ਕਾਫੀ ਲੰਮੇਰੇ ਸਮੇਂ ਤੋਂ ਸਰਬੱਤ ਮਾਈ ਭਾਈ ਗੁਰੂ ਕੇ ਪ੍ਰੇਮੀ ਜਨ ਬਣ ਕੇ ਸਤਿਗੁਰਾਂ ਦੀ ਸੰਗਤ ਰੂਪ ਦੇ ਵਿੱਚ ਬੈਠ ਕੇ ਲਾਹਾ ਜੋ ਹੈ ਉਹ ਪ੍ਰਾਪਤ ਕਰ ਰਹੇ ਹਾਂ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਲਵਾਓ ਹਾਜ਼ਰੀ, ਸਾਰੇ ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਹੀ ਉੱਤਮ ਕਰਮ ਹੈ। ਮਹਾਰਾਜ ਕਹਿੰਦੇ ਸਾਰੇ ਕਰਮਾਂ ਤੋਂ ਉੱਤਮ ਕਰਮ ਕੀ ਹੈ? ਗੁਰੂ ਕੀ ਸੰਗਤ ਵਿੱਚ ਆਉਣਾ, ਗੁਰੂ ਕੀ ਸੰਗਤ ਵਿੱਚ ਬੈਠ ਕੇ ਲਾਹਾ ਲੈਣਾ, ਇਹ ਉੱਤਮ ਪੁਰਸ਼ਾਂ ਦੇ ਵਿਰਸੇ ਵਿੱਚ ਆ ਗਿਆ। ਇੱਕ ਮੱਧਮ ਪੁਰਸ਼ ਹਨ, ਮੱਧਮ ਕਿਹੜੇ ਨੇ ਆ ਜਿਹੜੇ ਰੌਲਾ ਪਾ ਰਹੇ ਨੇ ਬਾਹਰ, ਉਹਨਾਂ ਨੂੰ ਇਹ ਚਾਰ ਦੀਵਾਰੀ ਦੇ ਅੰਦਰ ਆਉਣ ਦਾ ਹੁਕਮ ਨਹੀਂ ਹੈ। ਕਿਉਂ? ਮਹਾਰਾਜ ਜੀ ਤੋਂ ਫੈਸਲਾ ਕਰਾ ਲੈਂਦੇ ਹਾਂ। ਮਹਾਰਾਜ ਕਹਿੰਦੇ ਉਹ ਵਿਚਾਰੇ ਕਿਆ ਕਰੇ,
ਜਾਂ ਭਾਗ ਧੁਰ ਮੰਦੇ, ਕਹਿੰਦੇ ਉਹਨਾਂ ਨੇ ਧੁਰਤੇ ਹੀ ਮੰਦੇ ਭਾਗ ਲਿਖਾਏ ਹੋਏ ਨੇ। ਜਿਨ੍ਹਾਂ ਦੇ ਚੰਗੇ ਭਾਗ ਨੇ ਉਹ ਗੁਰੂ ਕੀ ਸੰਗਤ ਦਾ ਦਰਜਾ ਪ੍ਰਾਪਤ ਕਰਕੇ ਉੱਤਮ ਭਾਗਾਂ ਵਾਲੇ ਹਨ। ਬਹੁਤ ਭਾਈ ਸੋਹਣਾ ਕਦਮ ਹੈ ਇਸ ਕਲਯੁੱਗ ਦੇ ਸਮੇਂ ਵਿੱਚ ਗੁਰੂ ਕੀ ਸੰਗਤ ਵਿੱਚ ਆਉਣਾ, ਗੁਰੂ ਕੀ ਸੰਗਤ ਵਿੱਚ ਬੈਠ ਕੇ ਲਹਾ ਲੈਣਾ, ਇਹ ਉੱਤਮ ਪੁਰਸ਼ਾਂ ਦੀ ਨਿਸ਼ਾਨੀ ਹੈ। ਦਾਸ ਤੋਂ ਪਹਿਲਾਂ ਬਹੁਤ ਸੁੰਦਰ ਕੀਰਤਨੀਏ ਮਹਾਂਪੁਰਖ ਮਲਵਈ ਕੀਰਤਨ ਦੇ ਧਨੀ ਕਹਿੰਦੇ ਹਾਂ, ਕੋਈ ਅਤ ਕਥਨੀ ਨਹੀਂ। ਸੰਤ ਬਾਬਾ ਰਜਨੀਸ਼ ਸਿੰਘ ਜੀ ਨੱਥੂ ਮਾਜਰੇ ਵਾਲੇ ਮਹਾਂਪੁਰਸ਼ਾਂ ਨੇ ਪ੍ਰੇਮ ਦੀਆਂ ਬਾਤਾਂ ਪਾ ਕੇ ਸਾਨੂੰ ਕੋਸ਼ਿਸ਼ ਕੀਤੀ ਹੈ ਕਿ ਗੁਰੂ ਨਾਲ ਅਸੀਂ ਜੁੜ ਜਾਈਏ। ਗੁਰੂ ਦੇ ਨਾਲ ਜੋੜਨਾ, ਗੁਰੂ ਦੀ ਮਦਦ ਦੇ ਕੇ, ਜਿਵੇਂ ਮਹਾਂਪੁਰਖਾਂ ਨੇ ਬਲ ਰਾਜੇ ਦੀ ਕਥਾ ਸੁਣਾਈ ਹੈ, ਬਲ ਰਾਜੇ ਦੇ ਕੋਲ ਭਾਵੇਂ ਛਲ ਕਰਨ ਵਾਸਤੇ ਆਇਆ ਭਗਵਾਨ, ਬਾਵਨ ਰੂਪ ਧਾਰ ਕੇ 52 ਉਂਗਲ ਦਾ ਬਾਵਨ ਬਣ ਕੇ ਆ ਗਿਆ ਬੋਣਾ। ਕਹਿੰਦੇ ਬਲ ਤੂੰ ਬੜਾ ਤੇਜ ਪ੍ਰਤਾਪੀ ਹੈ, ਤੂੰ ਬੜਾ ਉੱਤਮ ਪੁਰਸ਼ ਹੈ, ਸਾਡਾ ਚਿੱਤ ਕਰਦਾ ਵੀ ਤੇਰੀ ਹਜ਼ੂਰੀ 'ਚ ਕੁਟੀਆ ਪਾ ਲਈਏ। ਮਹਾਰਾਜ ਸਾਰਾ ਮਹਿਲ ਹੀ ਤੁਹਾਡਾ, ਜਿੱਥੇ ਤੱਕ ਨਿਗਾਹ ਪੈਂਦੀ ਹੈ ਤੁਹਾਡੀ ਧਰਤੀ ਹੈ, ਕਿਤੇ ਮਰਜ਼ੀ ਕੁੱਲੀ ਛੱਪਰੀ ਪਾ ਲਓ, ਪਰ ਉਹ ਸਲੀਆ ਭਗਵਾਨ ਬਣ ਕੇ ਆਇਆ। ਮਹਾਂਪੁਰਖ ਸੁਣਾ ਕੇ ਗਏ ਨੇ, ਮੈਂ ਉਸੇ ਇਤਿਹਾਸ ਨਾਲ ਹੀ ਸਾਂਝ ਪਾ ਲਾਂ, ਕਿਉਂਕਿ ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਨ ਵਾਲਾ। ਆਪ ਜੀ ਨੇ ਮਹਾਂਪੁਰਸ਼ਾਂ ਤੋਂ ਬੜਾ ਆਨੰਦ ਲਏ। ਉੱਥੇ ਕੀ ਬਣਿਆ? ਕਹਿੰਦੇ ਭਗਵਾਨ ਦੇ ਰੂਪ, ਬਾਵਣ ਦੇ ਰੂਪ ਵਿੱਚ ਆਏ ਹੋਏ ਸੀ। ਉਹਨਾਂ ਨੇ ਦੋ ਕਰਮਾਂ ਹੀ ਕੀਤੀਆਂ, ਦੋ ਕਰਮਾਂ ਦੇ ਵਿੱਚ ਸਾਰਾ ਬ੍ਰਹਿਮੰਡ, ਸਾਰੀ ਪ੍ਰਿਥਵੀ ਮਿਲਤੀ। ਬਲ ਖੜੇ, ਇਹਦੇ ਬਲ ਅੱਧੀ ਕਰਮ ਰਹਿੰਦੀ ਹੈ, ਹੁਣ ਕਿੱਥੇ ਰੱਖੀਏ? ਦੋ ਕਰਮਾਂ ਦੇ ਵਿੱਚ ਹੀ ਸਾਰੀ ਧਰਤੀ ਮਿਣੀ ਗਈ, ਹੁਣ ਅੱਧੀ ਕਦਮ ਕਿੱਥੇ ਰੱਖੀਏ? ਸਿਆਣਾ ਤੇ ਆਪਣਾ ਸਰੀਰ ਲੰਮਾ ਪਾ ਲਿਆ, ਮਹਾਰਾਜ ਮੇਰੀ ਛਾਤੀ ਤੇ ਮੇਰੀ ਹਿੱਕ ਤੇ ਪੈਰ ਰੱਖ ਦਿਓ। ਬਾਵਨ ਨੇ ਹਿੱਕ ਤੇ ਪੈਰ ਰੱਖ ਕੇ ਐਂ ਧਰਤੀ ਵਿੱਚ ਹੀ ਧਸਾ ਦਿੱਤਾ, ਮੇਰੇ ਕਹਿਣ ਦਾ ਭਾਵ ਧਰਤੀ ਦੇ ਵਿੱਚ ਹੀ ਧੁਸ ਗਏ ਬਲ ਰਾਜਾ ਜੀ, ਐਂ ਪਤਾਲ ਤੱਕ ਲੈ ਗਏ। ਪਤਾਲ ਦੇ ਵਿੱਚ ਬਚਾ ਕੇ ਜਿਹੜੇ ਬਾਵਨ ਰੂਪ ਭਗਵਾਨ ਆਏ ਸੀ ਉਹ ਲੱਗੇ ਡਾਰੀ ਮਾਰਨ ਸਲ ਕਰਕੇ, ਪਰ ਨਹੀਂ। ਉੱਥੇ ਕੀ ਬਣਿਆ? ਜਦ ਉੱਡਣ ਲੱਗੇ ਨਾ ਉਹਨਾਂ ਨੇ ਚਰਨ ਫਾਲੇ, ਕਹਿੰਦੇ ਭਗਵਾਨ ਕਿੱਥੇ ਚੱਲੇ ਹੈ? ਮੇਰੇ ਨਾਲ ਵਾਅਦਾ ਕੀਤਾ ਵੀ ਤੁਹਾਡੀ ਡਿਊਟੀ 'ਤੇ ਕੁਟੀਆ ਪਾ ਕੇ ਰਹੂੰਗਾ, ਪਰ ਇੱਥੇ ਸਲ ਕਰਕੇ ਤੂੰ ਮੈਨੂੰ
ਠੱਗ ਕੇ ਕਿੱਥੇ ਜਾਵੇਗਾ, ਮੈਂ ਵੀ ਪੱਕਾ ਸੇਵਕ ਆ, ਜਾਣ ਤੈਨੂੰ ਮੈਂ ਵੀ ਨਹੀਂ ਕਿਤੇ ਦਿੰਦਾ, ਬੋਲੋ ਸਤਨਾਮ। ਉੱਥੇ ਫਿਰ ਸਾਧ ਸੰਗਤ ਜੀ ਪ੍ਰੇਮ ਬਸ ਆ ਕੇ ਮਹਾਰਾਜਾ ਬਲ ਦੇ ਦੁਆਰ ਤੇ ਭਗਵਾਨ ਅੱਜ ਵੀ ਪਹਿਰਾ ਦੇ ਰਹੇ। ਮਹਾਂਪੁਰਖ ਪੜ੍ਹਦੇ ਹੁੰਦੇ ਸੀ, ਉਹ ਖੜਾ ਹੈ ਦੁਆਰੇ ਨਾਲ ਜੀ ਬਨੇ ਆ ਪ੍ਰੇਮ ਦਾ, ਖੜਾ ਹੈ ਦੁਆਰੇ ਨਾਲ ਜੀ ਬਨੇ ਆ ਪ੍ਰੇਮ ਦਾ। ਸਾਰੀਆਂ ਭੈਣਾਂ ਲੱਗ ਕੇ ਪ੍ਰੇਮ ਦਾ ਖਰੀਦਿਆ ਹੋਇਆ ਵੱਲ ਰਾਜੇ ਦਾ ਅੱਜ ਵੀ ਪਹਿਰਾ ਦੇ ਰਹੇ। ਸੰਤ ਬਾਬਾ ਅਮਰੀਕ ਸਿੰਘ ਜੀ ਹੋਰਾਂ ਨੇ ਐਸਾ ਪ੍ਰੇਮ ਬਣਾਇਆ, ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨਾਲ, ਅੱਜ ਸੱਚਮੁੱਚ ਹੀ
ਜਿਵੇਂ ਬਲ ਦੇ ਦੁਆਰੇ ਤੇ ਭਗਵਾਨ ਖੜ ਗਿਆ ਨਾ, ਅੱਜ ਮਹਾਂਪੁਰਖਾਂ ਦੇ ਦੁਆਰੇ ਤੇ ਵੀ ਸੰਤ ਖੜੇ ਨੇ, ਪਹਿਰਾ ਦੇ ਰਹੇ, ਪਰ ਪ੍ਰੇਮ ਵਸ ਹੋ ਕੇ ਗੱਲਾਂ ਬਣਦੀਆਂ ਨੇ। ਜੇ ਰਸਤੇ ਪੁੱਛੀ ਜਾਵਾਂਗੇ, ਮਾਰਗ ਪੁੱਛੀ ਜਾਵਾਂਗੇ, ਉੱਤੇ ਪੈਰ ਨਹੀਂ ਧਰਾਂਗੇ, ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਫਿਰ ਉਹ ਰਸਤਾ ਪੁੱਛਣ ਦਾ ਕੀ ਫਾਇਦਾ ਹੈ। ਸੰਤ ਬਾਬਾ ਬਰੀਕ ਸਿੰਘ ਜੀ ਨੇ ਮਹਾਂਪੁਰਖਾਂ ਤੋਂ ਗੱਲਾਂ ਰਸਤਾ ਨਹੀਂ ਪੁੱਛਿਆ, ਉਹ ਰਸਤੇ ਤੇ ਚੱਲੇ ਵੀ ਹਨ। ਮਹਾਂਪੁਰਖਾਂ ਦਾ ਜੀਵਨ ਸਾਧੂਆਂ ਦੇ ਆਸੇ ਮੁਤਾਬਕ ਜਦੋਂ ਨਿਬੜੇ ਨਾ, ਜਿਵੇਂ ਮਹਾਂਪੁਰਖ ਬਾਬਾ ਜੀ ਨੱਥੂ ਮਾਜਰੇ ਵਾਲੇ, ਸੰਤ ਮਹਾਰਾਜ ਜੀ ਖੰਨੇ ਵਾਲਿਆਂ ਦੀ ਸੰਗਤ ਵਿੱਚੋਂ, ਜਾਂ ਕੁਲਾਲ ਸਾਹਿਬ ਵਾਲੇ ਮਹਾਂਪੁਰਖਾਂ ਦੀ ਸੰਗਤ, ਜਾਂ ਸਾਡੇ ਵੱਡੇ ਮਹਾਂਪੁਰਖ ਮਲਵਈ ਕੀਰਤਨ ਦੇ ਬਾਦਸ਼ਾਹ ਕਹਿ ਲਈਏ, ਕੋਈ ਅੱਧ ਕਥਨੀ ਨਹੀਂ। ਸੰਤ ਮਹਾਰਾਜ ਸਿੱਧਸਰ ਸਿਹੋੜਾ ਸਾਹਿਬ ਵਾਲੇ, ਜਿਨ੍ਹਾਂ ਨੇ ਗੂੰਜਾਂ ਪਾਈਆਂ ਨੇ ਗੁਰਮੁਖੋ ਸਾਬੋ ਕੀ ਤਲਵੰਡੀ ਮਹਾਰਾਜ, ਵਿਸਾਖੀ ਦੇ ਮੌਕੇ ਤੇ ਦੀਵਾਨ ਸਜਾਇਆ। ਸੰਤ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਵਚਨ ਕਰਦੇ ਹੁੰਦੇ, ਕਹਿੰਦੇ ਇੱਦਾਂ ਲੱਗੇ ਕਿ ਜਦੋਂ ਮਹਾਂਪੁਰਸ਼ ਧਾਰਨਾ ਪੜ੍ਹਦੇ ਸੀ ਕਿ ਨਾਲ ਅੰਬਾਂ ਦੇ ਦਰਖਤ ਵੀ ਪੜ੍ਹ ਰਹੇ ਨੇ। ਬੋਲੋ ਸਤਨਾਮ। ਦਰਖਤਾਂ ਦੇ ਵਿੱਚੋਂ ਵੀ ਧਾਰਨਾ ਦੀ ਆਵਾਜ਼ ਆ ਰਹੀ ਸੀ, ਕਿਉਂਕਿ ਇੰਨੇ ਪ੍ਰੇਮ ਵਸ ਹੋ ਕੇ ਕੀਰਤਨ ਕਰਨਾ। ਹੁਣ ਸੰਤ ਅਮਰੀਕ ਸਿੰਘ ਜੀ ਗੁਰਾਂ ਨੇ, ਬਾਬਾ ਜਸਕਰਨ ਸਿੰਘ ਜੀ ਗੁਰਾਂ ਨੇ, ਉਹ ਬ੍ਰਹਮ ਗਿਆਨੀ ਮਹਾਂਪੁਰਖਾਂ ਦਾ ਭਾਵੇਂ ਜਨਮ ਦਿਨ ਮਨਾ ਰਿਹਾ, ਪਰ ਇਹ ਦਿਨ ਮਨਾਉਣ ਦਾ, ਇਹ ਦਿਹਾੜੇ ਮਨਾਉਣ ਦਾ ਸਾਨੂੰ ਲਾਭ ਹੋ ਸਕਦਾ। ਇਹ ਜਨਮ ਦਿਨਾਂ ਦੇ ਬਹਾਨੇ, ਇਹ ਜਨਮ ਦਿਨਾਂ ਦੇ ਆਸਰੇ ਗੁਰਮੁਖੋ ਸਾਡਾ ਭਲਾ ਹੋ ਰਿਹਾ। ਸੰਤ ਮਹਾਰਾਜ ਬਾਬਾ ਬਰੀਕ ਸਿੰਘ ਜੀ ਨਾ ਦੂਰੋਂ ਦੂਰੋਂ ਆਏ ਸਤਿਪੁਰਖਾਂ ਨੂੰ, ਉੱਤਮ ਪੁਰਸ਼ਾਂ ਨੂੰ ਬੁਲਾ ਬੁਲਾ ਕੇ ਤੁਹਾਡੇ ਤੱਕ ਬਚਨ ਸੁਣਾਉਣ ਦੀ ਖੇਚਲ, ਤੁਸੀਂ ਤਾਂ ਧੰਨਵਾਦ ਕਰਦੇ ਨਾ ਸੱਕੋ ਮਹਾਂਪੁਰਸ਼ਾਂ ਦਾ। ਤੁਸੀਂ ਤਾਂ ਵਾਰ ਵਾਰ ਮਹਾਂਪੁਰਖਾਂ ਦਾ ਧੰਨਵਾਦ ਕਰਿਆ ਕਰੋ ਲਾਗੇ ਵਾਲੇ ਹੋ। ਐਸੀਆਂ ਘੜੀਆਂ, ਐਸੇ ਦਿਨ ਬਣਾਉਣੇ ਬੜੇ ਔਖੇ ਨੇ। ਅੱਜ ਜੇ ਨਾ ਵੀ ਬਾਬਾ ਬਰੀਕ ਸਿੰਘ ਜੀ ਦਿਹਾੜੇ ਮਨਾਉਣਗੇ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਦੇ ਤਾਂ ਅੰਦਰ ਬੈਠੇ ਨੇ, ਉਹਨਾਂ ਨੂੰ ਉਹਦਾ ਸਾਧ ਸੁਣਦਾ ਸਾਧ ਦੇਖਦਾ ਇਹਨਾਂ ਤੋਂ ਦੂਰ ਨਹੀਂ ਹਨ। ਇਹਨਾਂ ਦੇ ਮਨ ਵਿੱਚ ਇਹ ਪ੍ਰੇਮ ਹੈ ਕਿ ਜਿਵੇਂ ਅਸੀਂ ਮਹਾਂਪੁਰਖ ਹੰਸਾਲੀ ਸਾਹਿਬ ਵਾਲਿਆਂ ਦੇ, ਸਿਉੜਾ ਸਾਹਿਬ ਵਾਲਿਆਂ ਦੇ, ਜਾਂ ਰਾੜਾ ਸਾਹਿਬ ਵਾਲਿਆਂ ਦੇ ਨੇੜੇ ਹੋ ਕੇ ਦੇਖਿਆ ਨਾ, ਇਹ ਸੰਗਤਾਂ ਵੀ ਕਿਤੇ ਇੱਦਾਂ ਹੀ ਦੇਖਣ ਲੱਗ ਜਾਣ। ਜਿਵੇਂ ਮਹਾਰਾਜ ਸੱਤੇ ਪਾਤਸ਼ਾਹ ਆਪ ਜੀ ਨੇ ਇਸੇ ਮਹਾਂਪੁਰਖਾਂ ਨੂੰ ਨੇਤਰ ਦਿੱਤੇ, ਅੱਖਾਂ ਦਿੱਤੀਆਂ, ਅਤੇ ਇਸੇ ਤਰ੍ਹਾਂ ਸਾਨੂੰ ਵੀ ਉਹ ਨੇਤਰ ਮਿਲ ਜਾਣ। ਨੇਤਰ ਤਾਂ ਹਨਗੇ ਸਾਡੇ, ਪਰ ਸਾਡੇ ਨੇਤਰਾਂ ਦੇ ਵਿੱਚ ਈਰਖਾ ਰੂਪੀ ਮੋਦੀਆ ਹੈ, ਸਾਡੇ ਅੰਦਰ ਹੋਮੇ ਦਾ ਤਕੱਬਰ ਹੈ, ਹੰਕਾਰ ਹੈ,
ਜਿਸ ਨੂੰ ਬਾਣੀ ਬੋਹਰ ਲਾ ਰਹੀ ਹੈ, ਹੋਮੈ ਨਾਵੈ ਨਾਲ ਵਿਰੋਧ ਹੈ। ਨਾਮ ਜਪਣ ਵਾਲਿਆਂ ਨਾਲ ਹੋਮੇ ਦਾ ਵਿਰੋਧ ਕਿਉਂ ਹੈ? ਇਹ ਦੋ ਵਸਤੂਆਂ ਇੱਕ ਜਗ੍ਹਾ ਦੀ ਨਹੀਂ ਡਿੱਗਦੀਆਂ। ਪਰ ਅਸੀਂ ਥੋੜ੍ਹੀ ਥੋੜ੍ਹੀ ਵਸਤੂ ਦਾ ਹੰਕਾਰ ਕਰਦੇ ਹਾਂ, ਹੋਮੇ ਵਿੱਚ ਜਾਂਦੇ ਹਾਂ। ਐਡੀ ਤਾਕਤ ਦੇ ਮਾਲਕ ਮਹਾਂਪੁਰਖ ਹੰਸਾਲੀ ਸਾਹਿਬ ਵਾਲੇ, ਜਿਨ੍ਹਾਂ ਦੇ ਦਰਸ਼ਨ ਕਰਕੇ ਕਰੋੜਾਂ ਜੀਵਾਂ ਦਾ ਭਲਾ ਹੁੰਦਾ ਸੀ, ਪਰ ਆਏ ਨੇਤਰ ਮਾਰ ਦੇਣੇ, ਨੇਤਰ ਕਰਕੇ ਨੇਤਰ ਟਿਕਾ ਕੇ ਆਏ ਸਾਰੇ ਦੁੱਖ ਚੁੱਕ ਦੇਣੇ ਅਗਲੇ ਦੇ ਅੰਦਰੋਂ ਨੇਤਰਾਂ ਕਰਕੇ। ਜੇ ਥੋੜ੍ਹੀ ਜਿਹੀ ਜੇ ਥੋੜ੍ਹੀ ਮੋਟੀ ਕਸਰ ਰਹਿੰਦੀ ਸੀ ਤਾਂ ਬੋਲ ਕੇ ਕਰ ਦੇਣੇ। ਲਓ ਭਾਈ, ਆਹ ਨਿਤਨੇਮ ਕਰ ਲਿਆ ਕਰੋ, ਭਜਨ ਕਰ ਲਿਆ ਕਰੋ, ਤੁਹਾਡੇ ਦੁੱਖੜੇ ਨਹੀਂ ਰਹਿਣੇ, ਚਲੇ ਜਾਣਗੇ, ਦੂਰ ਹੋ ਜਾਣਗੇ। ਅੱਜ ਲੋਕ ਨਫ਼ਰਤ ਕਰਦੇ ਨੇ ਮਹਾਂਪੁਰਖਾਂ ਤੋਂ, ਕਟਾਸ਼ ਕਰਦੇ ਨੇ। ਕਿਉਂ ਕਰਦੇ ਨੇ? ਮਾੜੇ ਕਰਮ ਮੂਹਰੇ ਆ, ਸੰਤਾਂ ਦੀ ਨਿੰਦਿਆ, ਮਹਾਂਪੁਰਖਾਂ ਦੀ ਨਿੰਦਿਆ ਦਾ ਫਲ ਪੁਸਰੋ। ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਕਿੰਨਾ ਦੇ ਰਹੇ ਨੇ। ਮਹਾਰਾਜ ਕਹਿੰਦੇ, ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ। ਜਿਹਨਾਂ ਮਹਾਂਪੁਰਖਾਂ ਨੇ ਲੋਕਾਂ ਦੇ ਦੁੱਖ ਚੱਕ ਚੱਕ ਕੇ ਆਪਣੇ ਸਰੀਰ ਦੇ ਲੈ ਲੈਣੇ। ਅੱਜ ਅਸੀਂ ਸਵੇਰੇ ਅਲੀਪੁਰ ਵਾਲੇ ਮਹਾਂਪੁਰਸ਼ਾਂ ਕੋਲ ਬੈਠੇ ਹੋ, ਅਤੇ ਖਾਲਸਾ ਜੀ ਸਾਡੇ ਕੁੱਪ ਕਲਾਂ ਵਾਲੇ, ਜਿਹੜੇ ਬਹੁਤ ਸੋਹਣੀ ਰਿਕਾਰਡਿੰਗ ਜਿਵੇਂ ਈਸਰ ਟੀ ਵੀ ਵਾਲੇ ਭਰਾ ਕਰਦੇ ਨੇ, ਸਾਡੇ ਕਾਕਾ ਜੀ ਹੋਰੀ, ਕਾਕਾ ਸਿੰਘ ਹੋਰੀ ਮਹਾਂਪੁਰਖਾਂ ਵੱਲੋਂ ਉਬਾਲ ਕੇ ਲੱਗੇ ਹੋਏ ਨਾ। ਇਹ ਸਾਧਨ ਮੁਤਾਬਕ ਕਿੰਨੇ ਲੋਕ ਲਾਹਾਂ ਲੈ ਰਹੇ ਨੇ। ਸਮਾਂ ਮੇਰੇ ਕੋਲ ਜ਼ਿਆਦਾ ਨਹੀਂ, ਮੈਂ ਪ੍ਰੇਮ ਦੇ ਬਚਨ ਕਰਦਾ, ਕਿਉਂਕਿ ਅੱਜ ਬਚਨ ਸੁਣਿਆ ਕੁੱਬ ਦੇ ਟੋਟੇ ਦੇ ਮਹਾਂਪੁਰਖ ਬਸਤੀ ਦੇ ਵਿੱਚ ਦੀਵਾਨ ਸਜਾਇਆ ਮਹਾਂਪੁਰਖਾਂ ਨੇ। ਉੱਥੇ ਕੋਈ ਬੱਚੇ ਦੀ ਐਸੀ ਕੋਈ ਘਟਨਾ ਸਾਹਮਣੇ ਆਈ, ਕੋਈ ਬੱਚਾ ਅਨਭੋਲ ਨਿਆਣੀ ਉਮਰ ਦਾ ਅਜੇ ਨੰਗੀ ਤਾਰ 'ਤੇ ਉਹਦਾ ਪੈਰ ਰੱਖਿਆ ਗਿਆ, ਦੀਵਾਨ ਸਜਿਆ ਹੋਇਆ। ਮਹਾਂਪੁਰਖ ਕੀਰਤਨ ਕਰਦੇ, ਪ੍ਰਵਚਨ ਕਰਦੇ, ਜਦ ਬੱਚੇ ਦੀ ਐਂ ਲੇਰ ਨਿਕਲੀ ਨਾ ਜ਼ੋਰ ਦੇ ਨਾਲ, ਵੀ ਮੈਂ ਮਰ ਗਿਆ, ਖਤਮ ਹੋ ਗਿਆ। ਮਹਾਂਪੁਰਖਾਂ ਦੇ ਸਰੀਰ ਨੂੰ ਐਂ ਤ੍ਰੇੜੀ ਆਈ, ਮਹਾਂਪੁਰਖਾਂ ਦੇ ਸਰੀਰ ਨੂੰ ਐਂ ਝਟਕਾ ਲੱਗਿਆ ਜਿਵੇਂ ਝਟਕਾ ਲੱਗਦਾ, ਅਤੇ ਮਹਾਂਪੁਰਖਾਂ ਨੇ ਐਂ ਸੱਜਾ ਹੱਥ ਚੱਕ ਕੇ ਕਹਿੰਦੇ, ਭਾਈ ਕੁਛ ਨਹੀਂ ਹੁੰਦਾ, ਟਿਕ ਕੇ ਬਹਿ ਜਾਓ। ਅਤੇ ਅੱਧ ਦਾ ਕਰੰਟ ਲੱਗਿਆ ਹੋਵੇ ਅਤੇ ਮਹਾਂਪੁਰਖਾਂ ਨੇ ਐਂ ਫੁੱਲ ਦੀ ਵੀ ਨਹੀਂ ਮਾਰ ਆਉਣ ਦਿੱਤੀ। ਇਹਨੂੰ ਕਹਿੰਦੇ ਨੇ ਗੁਰਮੁਖੋ। ਇਹੋ ਜਿਹੇ ਕੌਤਕ ਮਹਾਂਪੁਰਖ ਹੰਸਾਲੀ ਵਾਲਿਆਂ ਦੇ ਕਿੰਨੇ ਕੁ ਸੁਣਾਏ ਜਾਣ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ, ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਆਪਾਂ ਉਹਨਾਂ ਦੇ ਚਰਨਾਂ 'ਚ ਵੀ ਹਾਜ਼ਰੀਆਂ ਲੱਗ ਰਹੀਆਂ ਨੇ। 21 ਤਰੀਕ ਤੋਂ ਲੈ ਕੇ 26 ਤੱਕ ਮਹਾਂਪੁਰਖਾਂ ਦੀ ਯਾਦ ਗੁਰਦੁਆਰਾ ਕਰਮਸਰ, ਸੰਤ ਆਸ਼ਰਮ ਕਰਮਸਰ ਰਾੜਾ ਸਾਹਿਬ ਦੀ ਯਾਦਾਂ ਮਨਾਈਆਂ ਜਾ ਰਹੀਆਂ ਨੇ। ਐਸੇ ਕੌਤਕ ਸੰਤ ਮਹਾਰਾਜ ਨੇ, ਰਾੜਾ ਸਾਹਿਬ ਵਾਲਿਆਂ ਨੇ, ਹੰਸਾਲੀ ਵਾਲਿਆਂ ਨੇ, ਸਿਹੋੜਾ ਸਾਹਿਬ ਵਾਲਿਆਂ ਨੇ, ਮਸਤਵਾਣਾ ਸਾਹਿਬ ਵਾਲਿਆਂ ਨੇ ਕਿੰਨੇ ਕੁ ਵਰਤਾਏ। ਇੱਥੇ ਤੱਕ ਗੁਰਮੁਖੋ ਦਰਖਤ ਵੀ ਮਹਾਂਪੁਰਖਾਂ ਨੇ
ਐਂ ਜਿਹੜੀਆਂ ਜੜ ਵਸਤੂਆਂ ਨੇ ਨਾ, ਜੜ ਜੂਨਾਂ ਨੇ, ਜਿਵੇਂ ਦਰਖਤ ਹੋਏ, ਪਸ਼ੂ ਹੋਏ, ਸਰੋਵਰ ਵੀ ਜੜ ਕਿਹਾ, ਜਿਵੇਂ ਇਹ ਸਥਾਨ ਹੈ ਨਾ ਮਹਾਂਪੁਰਖਾਂ ਦਾ, ਇਹਨੂੰ ਜੜ ਤੀਰਥ ਕਿਹਾ। ਜੜ ਤੀਰਥ ਗੁਰਦੁਆਰਾ ਸਾਹਿਬ ਨੂੰ ਜੇ ਆਉਣਾ ਤਾਂ ਆਪਾਂ ਨੂੰ ਚੱਲ ਕੇ ਆਉਣਾ ਪਊਗਾ ਪੈਦਲ, ਪਰ ਗੁਰਦੁਆਰਾ ਕਿਸੇ ਕੋਲ ਚੱਲ ਕੇ ਨਹੀਂ ਜਾਂਦਾ। ਬੋਲੋ ਸਤਨਾਮ। ਪਰ ਕਈ ਤਾਂ ਲੈ ਵੀ ਜਾਂਦੇ ਨੇ, ਮੈਂ ਇੱਥੇ ਗਲਤੀ ਨਹੀਂ ਕਰਦਾ, ਕਿਉਂਕਿ ਰਹਿਬਾ ਨੇ ਕਮਾਈ ਕੀਤੀ ਸੀ। ਰਹਿਬਾ ਨੇ, ਇੱਕ ਬੀਬੀ ਰਹਿਬਾ ਹੋਈ ਹੈ ਮੁਸਲਮਾਨਾਂ ਦੀ, ਉਹਨੇ ਕਮਾਈ ਕੀਤੀ, ਭਜਨ ਕੀਤਾ, ਅੱਜ ਮੱਕੇ ਦੀ ਯਾਤਰਾ ਕਰਨ ਤੁਰ ਪਈ। ਰਸਤੇ 'ਚ ਸਿੰਘਣੀ ਸਾਂ 'ਤੇ ਬਹਿ ਗਏ ਲੋਕ, ਸੰਗ ਜਾ ਰਿਹਾ ਸੀ, ਕਹਿੰਦੇ ਦਮ ਲੈ ਲਓ ਘੰਟਾ ਦੋ ਘੰਟੇ, ਪਰ ਸਾਹਮਣੇ ਪਾਣੀ ਤੋਂ ਪਿਆਸੇ ਕਤੂਰਿਆਂ ਨੂੰ ਪਾਣੀ ਪਿਲਾਇਆ। ਉਹ ਬੀਬੀ ਨੇ ਆਏ ਖੂਹ 'ਚੋਂ ਪਾਣੀ ਕੱਢ ਕੇ ਨਾ, ਆਪਣੀਆਂ ਲੱਟਾਂ ਪੱਟ ਕੇ, ਕੇਸ ਪੱਟ ਕੇ, ਆਪਣਾ ਦੁਪੱਟਾ, ਆਹ ਚੁੰਨੀਆਂ ਲਈਆਂ ਨੇ ਭੈਣਾਂ 'ਤੇ ਕੇਸਕੀਆਂ ਲਈਆਂ ਨੇ ਨਾ, ਇਹਦੀ ਰੱਸੀ ਬਣਾ ਕੇ, ਫਿਰ ਆਪਣੇ ਕੇਸਾਂ ਨੂੰ ਪੱਟ ਕੇ, ਰੋਮਾਂ ਨੂੰ ਪੱਟ ਕੇ ਰੱਸੀ ਬਣਾ ਲਈ, ਇੱਕ ਝੰਗ ਬੰਨ ਕੇ, ਝਿੰਗ ਬੰਨ ਕੇ, ਉਹਦੇ ਨਾਲ ਲੀਰ ਕੱਪੜਾ ਲਾ ਕੇ, ਪਾਣੀ ਵਿੱਚ ਡਬੋ ਡਬੋ ਕੇ, ਕਤੂਰਿਆਂ ਦੇ ਮੁੱਖ ਵਿੱਚ ਨਿਚੋੜ ਕੇ ਪਾਇਆ। ਫਿਰ ਕੀ ਹੋਇਆ? ਕਹਿੰਦੇ ਫਿਰ ਜਦੋਂ ਕਤੂਰੇ ਨੂੰ ਪਾਣੀ ਮਿਲਿਆ, ਸਾਰੇ ਐਂ ਖੇਡਣ ਲੱਗ ਗਏ, ਟਹਿਲਣ ਲੱਗ ਗਏ, ਜਲ ਮਿਲ ਗਿਆ। ਮਹਾਰਾਜ ਕਹਿੰਦੇ ਜਲ ਪਾਇਆ ਪਰਮੇਸ਼ਰ ਪਾਇਆ। ਜਲ ਮਿਲ ਜਾਂਦਾ ਹੈ, ਪਰਮੇਸ਼ਰ ਮਿਲ ਜਾਂਦਾ ਹੈ। ਬੋਲੋ ਸਤਨਾਮ। ਪਹਿਲਾ ਪਾਣੀ ਜੀਵ ਹੈ, ਮਹਾਰਾਜ ਕਹਿੰਦੇ ਪਹਿਲਾ ਪਾਣੀ ਜੀਵ ਨੂੰ ਜੇ ਜਿਉਂਦਾ ਰੱਖਦਾ, ਪਾਣੀ ਦਾ ਬਹੁਤ ਵੱਡਾ ਯੋਗਦਾਨ ਹੈ ਪਾਣੀ। ਅਤੇ ਉਹ ਕਤੂਰਿਆਂ ਨੂੰ ਪਾਣੀ ਐਂ ਪਿਲਾਇਆ, ਨਿਚੋੜ ਨਿਚੋੜ ਕੇ ਉਹ ਬੀਬਾ ਨੇ, ਮਾਤਾ ਰਹਿਮਾ ਨੇ ਜਲ ਛਕਾਇਆ, ਅਤੇ ਕਤੂਰੇ ਬੜੇ ਪਿਆਰ ਚਾਅ ਵਿੱਚ ਖੇਡਦੇ ਨੇ। ਰਹਿਬਾਂ ਦਾ ਕੋਈ ਐਂ ਵਸਤਰ ਫੜਦਾ, ਕੋਈ ਚੁੰਨੀ, ਕੋਈ ਦੁਪੱਟਾ, ਕੋਈ ਕਿਸੇ ਤਰ੍ਹਾਂ ਐਂ ਆਲੇ ਦੁਆਲੇ ਲਾੜ ਕਰਦੇ ਨੇ। ਉਹ ਆਪਣਾ ਕੰਮ ਕਰਦੀ ਰਹੀ। ਇਤਨੇ ਨੂੰ ਜਿਹੜਾ ਸੰਘ ਸੀ ਉੱਠ ਕੇ ਮੱਕੇ ਨੂੰ ਤੁਰ ਪਿਆ, ਅਤੇ ਉਹ ਵਿਚਾਰੀ ਕਹਿਣ ਲੱਗੀ, ਮੇਰਾ ਉਰੇ ਕੌਣ ਹੈ? ਹੁਣ ਜੰਗਲ ਦਾ ਇਲਾਕਾ ਹੈ, ਜੰਗਲ ਦਾ ਇਲਾਕਾ ਹੈ, ਹੁਣ ਮੈਨੂੰ ਕੌਣ ਮੇਰੀ ਸੁਰੱਖਿਆ ਕਰੂਗਾ? ਮੇਰੇ ਨਾਲ ਤਾਂ ਤੁਰ ਗਏ ਸਾਰੇ ਡੀਕ ਕੇ, ਮੈਂ ਤਾਂ ਹੋਰ ਹੀ ਕਮਲੇ ਪਣ 'ਚ ਪੈ ਗਈ। ਪਰ ਕਮਲਾ ਪਣ ਨਹੀਂ, ਪਰ ਦਇਆ ਦੀ ਗੱਲ ਹੈ, ਦਇਆ ਦੀ। ਅਤੇ ਗੁਰਮੁਖੋ ਐਸੀ ਕਿਰਪਾ ਹੋਈ, ਦਇਆ ਦਾ ਕੰਮ ਕੀਤਾ ਰਹਿਬਾ ਨੇ ਕਤੂਰਿਆਂ ਨੂੰ ਪਾਣੀ ਪਿਲਾ ਕੇ। ਪਰ ਜਿਹੜੇ ਖੂਹ 'ਤੇ ਰਹਿਬਾ ਬੈਠੀ ਸੀ, ਉੱਥੋਂ ਮਹਾਂਪੁਰਖ ਇਤਿਹਾਸ ਸੁਣਾਉਂਦੇ ਰਹਿੰਦੇ ਨੇ, ਸੱਠ ਕੋਹ 'ਤੇ ਮੱਕਾ ਸੀਗਾ, ਉਦੋਂ ਦੂਰ ਸੱਠ ਕੋਹ ਤੋਂ ਮੱਕਾ ਆਪਣੀ ਜਗ੍ਹਾ ਛੱਡ ਕੇ ਰਹਿਬਾ ਦੇ ਕੋਲ ਆਇਆ। ਕਿਉਂ ਆਇਆ? ਦਇਆ ਦੇ ਕੰਮ ਦੇਖ, ਦਇਆ ਕੀਤੀ, ਸਮਾਜ ਸੇਵੀ ਕਹਾਇਆ, ਸਮਾਜ ਸੇਵੀ ਬਣ ਗਈ। ਅਤੇ ਜਿਹੜੇ ਬੇਜਵਾਨੇ ਜਾਨਵਰ ਸੀ ਉਹਨਾਂ ਨੂੰ ਪਾਣੀ ਪਿਲਾਇਆ, ਅਤੇ ਪਾਣੀ ਪਿਲਾਉਣ ਦਾ ਫਲ ਕੀ ਮਿਲਿਆ? ਮੱਕਾ ਛੱਡ ਕੇ ਰਹਿਬਾ ਦੇ ਕੋਲ ਆ ਗਿਆ। ਬੋਲੋ ਸਤਨਾਮ। ਆਓ ਦਇਆ ਕਰਿਆ ਕਰੋ। ਇੱਥੇ ਮਹਾਂਪੁਰਖ ਸੰਤ ਅਮਰੀਕ ਸਿੰਘ ਜੀ, ਬਾਬਾ ਦਸਕਾਨ ਸਿੰਘ ਜੀ ਹੁਰੀ ਆਇਕ ਪਰਉਪਕਾਰ ਕਰ ਰਹੇ ਨੇ। ਤੁਸੀਂ ਅੱਗੇ ਨਾ
ਕੋਈ ਜਲ ਸਕਾਇਆ ਕਰੋ, ਕੋਈ ਪੱਖਾ ਝੱਲਿਆ ਕਰੋ, ਪ੍ਰਸ਼ਾਦੇ ਲੋਹਾਂ 'ਤੇ ਪਕਾਇਆ ਕਰੋ ਆ ਕੇ ਭੈਣੋ ਬੀਬੀਓ। ਆਪਾਂ ਕਿਵੇਂ ਭੱਜੇ ਫਿਰਦੇ ਹਾਂ ਬੜੇ ਬੜੇ ਤੀਰਥਾਂ 'ਤੇ, ਉੱਥੇ ਤਾਂ ਅਸੀਂ ਐਂ ਖੋਹਦੇ ਫਿਰਦੇ ਹਾਂ ਵੀ ਮੈਨੂੰ ਖੁਰਚਣਾ ਫੜਾ ਦੇ ਭੈਣੇ, ਮੈਨੂੰ ਵੇਲਣਾ ਫੜਾ ਦੇ, ਮੈਂ ਰੋਟੀਆਂ ਪਾ ਲਾਂ। ਆ ਘਰ ਵਿੱਚ ਗੰਗਾ ਆਈ ਹੋਈ ਅਤੇ ਲਾਹਾ ਵੀ ਨਹੀਂ ਲੈ ਰਹੇ। ਆਪਾਂ ਲਾਹਾ ਲੈਣਾ ਚਾਹੀਦਾ, ਸਾਨੂੰ ਮਹਾਂਪੁਰਖਾਂ ਨੇ ਇਹ ਤੀਰਥ ਬਣਾਇਆ ਉਰੇ। ਇਹ ਤੀਰਥ ਦੇ ਕਿੰਨੇ ਪ੍ਰਕਾਰ ਦੇ ਫਲ ਹਨ। ਮਹਾਂਪੁਰਖ ਕਹਿੰਦੇ ਹੁੰਦੇ ਭਗਤ ਕਬੀਰ ਜੀ ਦਾ ਵਚਨ ਕਰਕੇ ਮੈਂ ਇੱਕ ਧਾਰਨਾ ਪੜ੍ਹੂ, ਫਿਰ ਸਮਾਪਤੀ ਕਰਾਂ। ਮਹਾਂਪੁਰਖ ਕਹਿੰਦੇ ਸਾਧੂ ਦੇ ਮਿਲਣ ਦਾ ਬਹੁਤ ਵੱਡਾ ਫਲ ਹੈ, ਤੀਰਥ ਨਹਾਤਿਆਂ ਇੱਕ ਫਲ। ਮਹਾਰਾਜ ਕਹਿੰਦੇ ਹੁੰਦੇ ਨਾ, ਤੀਰਥ ਨਹਾਤਿਆਂ ਇੱਕ ਫਲ, ਸੰਤ ਮਿਲੇ ਫਲ ਚਾਰ। ਕਹਿੰਦੇ ਤੀਰਥ ਦੇ ਦਾ ਨਹਾ ਕੇ ਇੱਕੋ ਹੀ ਫਲ ਮਿਲਣਾ ਹੈ, ਜੇ ਐਸਾ ਗੁਰੂ ਕਿ ਪਿਆਰਾ ਰੱਬ ਦਾ ਬਖਸ਼ਿਆ ਹੋਇਆ ਮਿਲ ਗਿਆ ਤਾਂ ਚਾਰ ਪ੍ਰਕਾਰ ਦੇ ਫਲ ਮਿਲਣਗੇ। ਇਦੋਂ ਵੀ ਕਹਾਂ ਮਹਾਰਾਜ ਨੇ ਹੋਰ ਮੋਹ ਲਾ ਦਿੱਤੀ, ਮੋਹਰ ਲਾ ਦਿੱਤੀ। ਕਹਿੰਦੇ ਸਤਿਗੁਰ ਮਿਲੇ ਅਨੇਕ ਫਲ, ਜੇ ਗੁਰੂ ਮਿਲ ਗਿਆ ਫਿਰ ਅਨੇਕਾਂ ਹੀ ਬੇਅੰਤ ਫਲ ਮਿਲ ਜਾਂਦੇ ਨੇ। ਕਹੋ ਕਬੀਰ ਵਿਚਾਰ। ਕਹਿੰਦੇ ਕਬੀਰ ਜੀ ਕਹਿੰਦੇ ਨੇ, ਪ੍ਰਮਾਣ ਕਰਦੇ ਨੇ ਕਿ ਇੱਥੇ ਤਾਂ ਆ ਸਤਿਗੁਰੂ ਦੇ ਦਰਸ਼ਨ ਕਰਕੇ, ਮਹਾਂਪੁਰਖਾਂ ਦੇ ਦਰਸ਼ਨ ਕਰਕੇ ਬੇਅੰਤ ਫਲ ਮਿਲ ਜਾਂਦੇ ਨੇ। ਆਓ ਹੀ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ, ਸਮਾਂ ਹੋ ਗਿਆ। ਮਹਾਂਪੁਰਖਾਂ ਦਾ ਪਿਆਰ ਹੈ ਕਿਉਂਕਿ ਐਡੀ ਐਡੀ ਦੂਰੋਂ ਆਉਂਦੇ ਹਾਂ, ਕੋਈ ਪ੍ਰੇਮ ਕਰਕੇ ਆਈ, ਬਹੁਤ ਪਿਆਰ ਕਰਦੇ ਨੇ ਗੁਰੂ ਭਾਈ ਨੇ ਸਾਡੇ ਬਾਬਾ ਮਨੀਕ ਸਿੰਘ ਜੀ, ਕਿਉਂਕਿ ਅਸੀਂ ਇੱਕੋ ਹੀ ਮਹਾਤਮਾ ਦੀ ਸੰਗਤ ਕਰੀ ਛੋਲਾ ਸਾਹਿਬ ਵਾਲਿਆਂ ਦੀ। ਵੱਡੇ ਭਰਾ ਬੈਠੇ ਨੇ ਮਹਾਂਪੁਰਖਾਂ ਦੇ ਨਾਲ, ਇਹ ਬਾਲਕ ਰੂਪ ਨੇ ਬਾਬਾ ਦਸ਼ਕਰਨ ਸਿੰਘ ਜੀ, ਕਿਉਂਕਿ ਸਾਰੇ ਅਸੀਸਾਂ ਦਿਆ ਕਰੋ, ਆਸ਼ੀਰਵਾਦ ਦਿਆ ਕਰੋ ਕਿ ਬਾਬਾ ਜੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਬਾਲਕ ਸਰੂਪ ਮਹਾਂਪੁਰਖਾਂ 'ਤੇ ਕਿਰਪਾ ਕਰਿਓ। ਅੱਜ ਇਹਨਾਂ ਦੀਆਂ ਡਿਊਟੀਆਂ ਨੇ ਕੀਰਤਨ ਦੀਆਂ। ਬਲੀ ਸੂਰਮੇ ਨੌਜਵਾਨ ਬੱਚੇ ਪ੍ਰੇਰਨਾ ਲਿਆ ਕਰੋ ਐਸੇ ਪੁਰਸ਼ਾਂ ਤੋਂ, ਐਸੇ ਗੁਰਮੁਖਾਂ ਤੋਂ, ਨੌਜਵਾਨ ਚਿਹਰਿਆਂ ਤੋਂ, ਅਤੇ ਸਾਧ ਸੰਗਤ ਬੜੇ ਆਨੰਦ ਦੇ ਨਾਲ ਆਪਣੇ ਜੀਵਨ ਦਾ ਲਾਹਾ ਲਿਆ ਕਰੋ। ਆਓ ਪੜ੍ਹੀਏ ਧਾਰਨਾ, ਅਤੇ ਬੱਚਿਆਂ ਨੂੰ ਬੇਨਤੀ ਕਰਾਂ ਕਿ ਭਾਈ ਧਿਆਨ ਦਿਓ ਥੋੜ੍ਹਾ ਜਿਹਾ, ਕਿਉਂਕਿ ਫਿਰ ਸਿੰਘਾਂ ਨੂੰ ਆਪਣੇ ਵਾਲਾ ਵੀ ਕੰਮ ਕਰਨਾ ਪੈ ਜਾਂਦਾ। ਫਿਰ ਦੇਖ ਲਿਓ, ਕਿਉਂਕਿ ਹਜੇ ਤਾਂ ਸ਼ਾਂਤੀ ਉਹ ਰੱਖੀ ਹੋਈ ਹੈ, ਸ਼ਾਂਤੀ ਉਹ ਰਹਿਣ ਦਿਓ ਮਹਾਂਪੁਰਸ਼ਾਂ ਕੋਲੇ। ਅਤੇ ਫਿਰ ਮਹਾਂਪੁਰਖਾਂ ਨੇ ਬਾਬਾ ਬੀਨ ਬਦਾਸ ਵਾਲਾ ਖੁੰਡਾ ਚੱਕ ਲਿਆ, ਫਿਰ ਔਖਾ ਹੋ ਜੂਗਾ। ਆਪਾਂ ਪਿਆਰ ਨਾਲ ਸਾਥ ਦਿਆ ਕਰੋ, ਪਰੇਸ਼ਾਨ ਨਹੀਂ ਕਰਦੇ ਹੁੰਦੇ ਸਾਧੂਆਂ ਨੂੰ, ਮਹਾਂਪੁਰਸ਼ਾਂ ਨੂੰ। ਆਪਾਂ ਧਾਰਨਾ ਪੜ੍ਹੀ ਸੀ ਨਾ, ਤੇਰੇ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਸਰਗੇ, ਤੇਰੇ ਦਰਸ਼ਨ ਕਰਕੇ ਜੀ ਪਾਪੀ ਜੀਵ ਕਰੋੜਾਂ ਸਰਗੇ, ਸਤਿ ਸ਼੍ਰੀ ਅਕਾਲ।
ਜੀਵ ਕਰੋੜਾ ਸਰ ਗਏ, ਪਾਪੀ ਜੀਵ ਕਰੋੜਾ ਸਰ ਗਏ, ਬਾਬਾ ਪਾਪੀਆਂ ਦਾ ਆਧਾਰ, ਕਰੋੜਾਂ ਜੀਵਾਂ ਦਾ ਆਧਾਰ ਬਾਣੀ ਕਰਦੀ ਹੈ, ਪਰ ਗੁਰਮੁਖ ਕੋਈ ਉਹ ਇਧਰਲੇ ਵਿਰਸੇ ਨਾਲ ਜੁੜਦਾ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਬਿਰਲੇ ਹੀ ਗੁਰਮੁਖ ਹੈ, ਗੁਰਮੁਖ ਕੋਟ ਉਧਾਰ ਦਾ ਜੇ ਨਾਵੇ ਇੱਕ ਕਣੀ, ਇੱਕ ਕਣੀ ਦਾ ਭਜਨ ਮਹਾਂਪੁਰਖ ਦੇਖ ਕੇ ਆਪਣੀ ਬੰਦਗੀ ਤੋਂ ਕਰੋੜਾਂ ਜੀਵਾਂ ਦਾ ਭਲਾ ਕਰਦੇ ਨੇ। ਉਹ ਵਿਅੰਗ ਭੁੱਲਾਂ ਦੀ ਖਿਮਾ, ਮਹਾਂਪੁਰਖਾਂ ਦਾ ਧੰਨਵਾਦ, ਗੁਰੂ ਸਾਹਿਬ ਦਾ ਧੰਨਵਾਦ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।